सब तो पहली गल तो यह है कि मैं मैसेज चेक करे मैं देख रहा हर थम के मुंडिया ने भी बई जिहड़ा यह बिल है पास हो गया ये राष्ट्रपति ने साइन करते जौ ने साइन करते जिन्हें साइन करने से करते भी हुण बनूगा कि हुण कुछ नहीं बनता भी हुण कुछ नहीं बनता बिल पास हो गया हुण कुछ नहीं बनने वाला। मैं तुहानू एक गल दसना चाहना जदों लहरां उठदियां ने गियां जदों लहरां उठदियां ने ना लहरां ਵੱਡੀਆਂ ਵੱਡੀਆਂ ਬਿਲਡਿੰਗਾਂ ਵੱਡੀਆਂ ਵੱਡੀਆਂ ਅੰਡਰਸਟਰੀਅਲ ਫੈਕਟਰੀਆਂ ਨੂੰ ਵਿੱਚੀ ਰੋੜ ਕੇ ਲੈ ਜਾਂਦੇ ਸਮੁੰਦਰ 'ਚੋਂ ਲਹਿਰਾਂ ਉੱਠਦੀਆਂ ਨਹੀਂ ਹੈ। ਲਹਿਰ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਲਹਿਰ। ਇਸ ਕਰਕੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਪਹਿਲਾਂ ਤਾਂ ਆਪਣਾ ਭਾਰਤ ਵੀ ਗੁਲਾਮ ਸੀਗਾ ਕਿਰਾਇਆ ਫਿਰ ਆਜ਼ਾਦ ਤਾਂ ਕਰਵਾਇਆ ਨਾ ਗੁਲਾਮ ਤਾਂ ਪਹਿਲਾਂ ਵੀ ਸੀ ਪਹਿਲਾਂ ਵੀ ਕਿੰਨੇ ਵਾਰੀ ਇਹ ਭਾਰਤ ਗੁਲਾਮ ਹੋਇਆ ਜਿੰਨੇ ਵਾਰੀ ਵੀ ਗੁਲਾਮ ਹੋਇਆ ਸਾਡੇ ਪੰਜਾਬ ਦੇ ਲੋਕਾਂ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਸਾਡੇ ਯੋਧਿਆਂ ਨੇ ਇਸ ਨੂੰ ਯਾਦ ਕਰਾਇਆ ਐ ਹੌਸਲੇ ਛੱਡ ਕੇ ਐ ਢੇਰੀਆਂ ਢਾ ਕੇ ਕੰਮ ਨਹੀਂ ਬਣਦੇ ਹੁੰਦੇ ਇਹ ਗੱਲ ਹੁਣ ਕਿਸੇ ਨੇ ਇਹ ਗੱਲ ਨਹੀਂ ਮਤਲਬ ਤੁਹਾਨੂੰ ਨੂੰ ਮੈਸੇਜ ਕਮੈਂਟ ਨਾ ਮਿਲੇ ਉਹ ਬੰਦਾ ਗਦਾਰ ਹੋ ਜਿਹੜਾ ਬੰਦਾ ਇਹ ਗੱਲ ਕਰਦਾ ਵੀ ਬਿੱਲ ਪਾਸ ਹੋ ਗਿਆ ਹੁਣ ਕੀ ਬਣੂ। ਹੁਣ ਤੁਸੀਂ ਇਹ ਸੋਚੋ ਵੀ ਅਸੀਂ ਲੜਾਈ ਕਿਵੇਂ ਲੜਨੀ ਹੈ ਲੜਾਈ ਕਿਵੇਂ ਲੜਨੀ ਤੇ ਇਸ ਮੋਰਚੇ ਨੂੰ ਜਿੱਤਣਾ ਕਿਵੇਂ ਇਕੱਠੇ ਹੋ ਕੇ ਕਿਵੇਂ ਜਿੱਤਣਾ ਜੇ ਆਪਾਂ ਸਾਰੇ ਇਕੱਠੇ ਹੋ ਕੇ ਚੱਲੀਏ ਵੀ ਇਸ ਮੋਰਚੇ ਨੂੰ ਜਿੱਤ ਕੇ। ਹੁਣ ਇਹ ਸਵਾਲ ਤਾਂ ਦੇਖੋ ਮੈਂ ਤੁਹਾਨੂੰ ਕਲੀਅਰ ਕਰਤਾ ਵੀ ਇਹ ਗੱਲ ਕਿਸੇ ਨੇ ਨਹੀਂ ਕਰਨੀ ਵੀ ਬਿੱਲ ਪਾਸ ਹੋ ਗਿਆ ਤੇ ਹੁਣ ਇਹ ਖਾਰਜ ਕਿਵੇਂ ਹੋਊ। ਖਾਰਜ ਕਰਾ ਕੇ ਛੱਡਾਂਗੇ ਜੇ ਦੇਸ਼ ਆਜ਼ਾਦ ਕਰਵਾ ਸਕਦੇ ਹਾਂ ਜੇ ਮੁਗਲਾਂ ਨੂੰ ਪੰਜਾਬ ਦੇ ਵਿੱਚੋਂ ਭਜਾ ਸਕਦੇ ਹਾਂ। ਇਤਿਹਾਸ ਪੜ੍ਹ ਕੇ ਦੇਖੋ ਮਾੜਾ ਜਿਹਾ ਵੀ ਕੀ ਨਹੀਂ ਪੰਜਾਬੀਆਂ ਨੇ ਕੀਤਾ ਹੋਇਆ। ਪੰਜਾਬੀ ਕਰ ਕੀ ਨਹੀਂ ਸਕਦੇ। ਮੋਦੀ ਮੋਦੀ ਤਾਂ ਕੁਛ ਵੀ ਨਹੀਂ ਮੋਦੀ ਕਾਰਸ ਦਾ ਬੰਦਾ ਦੋ ਮਾਰੇ ਥਾਪੜੇ ਮੋਦੀ ਜੀਰੋ ਹੈ ਕਿਤੇ ਜੇ ਕਿਤੇ ਗੁਲਾਮੀ ਨੂੰ ਹੱਥ ਪਾਲਿਆ ਇਹ ਮੰਨ ਕੇ ਅੰਗਰੇਜ਼ਾਂ ਦੇ ਨਾਲੋਂ ਮੁਗਲਾਂ ਦੇ ਨਾਲੋਂ ਤਾਂ ਇਹ ਵੱਡਾ ਨਹੀਂ ਤਾਂ ਇੱਡਾ ਬੰਦਾ। ਹੁਣ ਇਹ ਗੱਲ ਤਾਂ ਹੋਈ ਖਤਮ। ਹੁਣ ਮੈਂ ਗੱਲ ਜਿਹੜੀ ਕਹੀ ਹੈ ਇਕੱਠੇ ਹੋਣ ਵਾਲੀ ਗੱਲ ਜਿਹੜੀ ਮੈਂ ਕਰਨੀ ਹੈ ਇਕੱਠੇ ਕਿਵੇਂ। ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਮੈਂ ਦੱਸਣਾ ਚਾਹੁੰਦਾ ਜਿਹੜਾ ਹੁਣ ਤੁਸੀਂ ਮੇਰੇ 'ਤੇ ਬਲੇਮ ਲਾ ਰਹੇ ਹੋ ਵੀ ਬਾਈ ਤੁਸੀਂ ਇਕੱਠੇ ਹੋ ਮੈਂ ਇਸ ਗੱਲ ਦਾ ਤੁਹਾਨੂੰ ਜਵਾਬ ਦੇਣਾ ਚਾਹੁੰਦਾ ਵੀ ਇਕੱਠੇ ਕਿਵੇਂ ਹੋ ਵੀ ਇਕੱਠੇ ਹੋ ਕੇ ਲੜੀਏ ਕਿਵੇਂ। ਮੈਨੂੰ ਵੀ ਤੁਸੀਂ ਕਹਿ ਰਹੇ ਹੋ ਅਸੀਂ ਕੀ ਕਰਿਆ ਅਸੀਂ ਮਾਨਸਾ ਦੇ ਵਿੱਚ ਇੱਕ ਨੌਜਵਾਨ ਦਾ ਧਰਨਾ ਲਾਇਆ ਮੈਂ ਤੇ ਸਿੱਧੂ ਮੂਸੇਵਾਲਾ ਬਹੁਤ ਸਾਰੇ ਨੌਜਵਾਨ ਪਹੁੰਚੇ ਤੁਸੀਂ ਦੇਖੇ ਸੀ ਕਿੱਡਾ ਵੱਡਾ ਕੰਮ ਤੇ ਅਸੀਂ ਉਹਦੇ ਵਿੱਚ ਸਿੰਗਰਾਂ ਨੂੰ ਵੀ ਬੁਲਾਇਆ ਇਹਦੇ ਵਿੱਚ ਇਲਜ਼ਾਮ ਲੱਗਿਆ ਅਸੀਂ ਉਹਦੇ ਵਿੱਚ ਨਾਰਾ ਦਿੱਤਾ ਇੱਕ ਵੀ ਨੌਜਵਾਨ ਕਿਸਾਨ ਏਕਤਾ ਜਿੰਦਾਬਾਦ ਨੌਜਵਾਨ ਇਕੱਠੇ ਹੋਏ ਸੀ ਨੌਜਵਾਨਾਂ ਨੂੰ ਅੱਗੇ ਮੰਨ ਕੇ ਨਾਲ ਜੋਸ਼ ਭਰਨ ਦੇ ਲਈ ਇੱਕ ਨਾਰਾ ਦਿੱਤਾ ਉਹਦੇ ਵਿੱਚ ਫਲੇਮ ਲੱਗਿਆ ਵੀ ਬਾਈ ਤੂੰ ਮੂਸੇਵਾਲ ਦੇ ਨਾਲ ਲੱਗ ਕੇ ਇੱਕ ਅਲੱਗ ਪਾਰਟੀ ਖੜੀ ਕਰ ਰਿਹਾ। ਮੈਂ ਤੁਹਾਨੂੰ ਸਭ ਤੋਂ ਪਹਿਲਾਂ ਗੱਲ ਇਹ ਦੱਸਣਾ ਚਾਹੁੰਦਾ ਤੁਸੀਂ ਪਹਿਲਾਂ ਤਾਂ ਮੇਰਾ ਕੰਮ ਚੱਕ ਕੇ ਦੇਖੋ ਵੀ ਮੈਂ ਜੂਨੀਅਰ ਦੇ ਨਾਲ ਕੋਈ ਅੱਜ ਤਾਂ ਨਹੀਂ ਤੁਰਿਆ ਹੋਇਆ ਕੋਈ ਜੂਨੀਅਰ ਅੱਜ ਹੀ ਨਹੀਂ। ਅੱਜ ਤੁਹਾਨੂੰ ਬਹੁਤ ਵੱਡੀ ਗੱਲ ਆ ਕਿ ਮੈਂ ਤੁਹਾਡਾ ਧੰਨਵਾਦ ਕਰਦਾ ਮੈਂ ਸਾਰੇ ਪੰਜਾਬ ਨੂੰ ਜੂਨੀਅਰ ਦਾ ਪਤਾ ਲੱਗੇ ਵੀ ਜੂਨੀਅਰ ਨੂੰ ਹੁੰਦੀ ਕੀ ਚੀਜ਼ ਹੈ ਵੀ ਤੁਹਾਨੂੰ ਮੈਂ ਜੇ ਜੂਨੀਅਰ ਦਾ ਪਾਵਰਾਂ ਵੀ ਦੱਸੂ ਐਂਡ ਤੇ ਮੈਂ ਸਾਰਿਆਂ ਦੇ ਕਮੈਂਟ ਵੀ ਪੜ੍ਹ ਕੇ ਮੈਂ ਲਾਈਵ ਬੰਦ ਕਰੂੰਗਾ ਸਾਰਿਆਂ ਦੇ ਗੱਲਾਂ। ਦੂਜੀ ਸਭ ਤੋਂ ਵੱਡੀ ਚੇਤਾਵਨੀ ਮੈਂ ਹੋਰ ਵੀ ਦਿੰਦਾ ਜੇ ਕਿਸੇ ਦਾ ਗਿੱਲਾ ਸ਼ਿਕਵਾ ਕਿਸੇ ਨੂੰ ਮੇਰੀ ਗੱਲਾਂ ਬੁਰੀਆਂ ਲੱਗਦੇ ਨੇ ਮੇਰੇ ਨਾਲ ਜਦੋਂ ਮਰਜ਼ੀ ਆ ਕੇ ਲਾਈਵ ਬਹਿ ਕੇ ਗੱਲਬਾਤ ਕਰ ਲਓ ਮੇਰੇ ਪਿੰਡ ਜਦੋਂ ਮਰਜ਼ੀ ਆ ਕੇ ਗੱਲਬਾਤ ਕਰ ਲਓ ਤੁਹਾਨੂੰ ਇੱਕ ਤੇ ਤੁਹਾਡਾ ਇੱਕ ਸਵਾਲ ਦਾ ਤਿੰਨ ਤਿੰਨ ਆਨਸਰ ਦੇਊਗਾ ਤਿੰਨ ਤਿੰਨ ਆਨਸਰ। ਅੱਛਾ ਤੁਸੀਂ ਕੰਮ ਚੱਕ ਕੇ ਦੇਖੋ ਵੀ ਜਿੱਦਣ ਦਾ ਮੈਂ ਜੂਨੀਅਰ ਦੇ ਵਿੱਚ ਜਾਣਾ ਸ਼ੁਰੂ ਹੋਇਆ ਜਿੱਦਣ ਦਾ ਮੈਂ ਜੂਨੀਅਰ ਦੇ ਵਿੱਚ ਜਾਣਾ ਕੋਈ ਅੱਜ ਚਲੋ ਕਲਾਕਾਰ ਅੱਜ ਜੂਨੀਅਰ ਦੇ ਵਿੱਚ ਆਉਣ ਲੱਗ ਰਹੇ ਅੱਜ ਕਲਾਕਾਰਾਂ ਨੇ ਜੂਨੀਅਰ ਦੀ ਗੱਲ ਕਰੀ ਆ ਮੈਂ ਨਾ ਧੰਨਵਾਦ ਕਰਦਾ ਜਿਹੜੇ ਕਲਾਕਾਰਾਂ ਨੇ ਜੂਨੀਅਰ ਦੀ ਗੱਲ ਕਰੀ ਆ। ਕੋਈ ਮੈਂ ਕਿਸੇ ਨੂੰ ਤੋੜਨ ਵਾਲੀ ਗੱਲ ਨਹੀਂ ਕਰਦਾ ਮੈਂ ਜੋੜਨ ਵਾਲੀ ਗੱਲ ਕਰਦਾ। ਅੱਜ ਤਾਂ ਹਰ ਇੱਕ ਕਲਾਕਾਰ ਨੂੰ ਪਤਾ ਸੋਸ਼ਲ ਮੀਡੀਆ ਦੇ ਜ਼ਰੀਏ ਤੁਸੀਂ ਮੇਰੀਆਂ ਪੁਰਾਣੀਆਂ ਵੀਡੀਓ ਚੱਕ ਕੇ ਖੋਲ ਕੇ ਦੇਖ ਲਓ ਲੱਖ ਲੱਖ ਦੋ ਦੋ ਲੱਖ ਮੇਰਾ ਉਹੀ ਬੰਦਾ ਵੀਡੀਓ ਦੇਖ ਦਿੰਦਾ। ਇਹ ਤਾਂ ਸਭ ਤੋਂ ਪਹਿਲਾਂ ਮੈਂ ਇਹੀ ਗੱਲ ਕਰਦਾ ਹੁੰਦਾ ਵੀ ਸਾਡੇ ਜੇਕਰ ਕਿਸਾਨ ਜਥੇ ਬੰਦੇ ਇੱਕ ਹੋ ਜਾਣ ਨਾ ਆਹ ਪੋਲੀਟੀਕਲ ਪਾਵਰਾਂ ਦਾ ਜ਼ਰੂਰੀ ਪੋਲੀਟੀਕਲ ਪਾਵਰਾਂ ਦਾ ਕੁਝ ਵੀ ਨਹੀਂ ਹੈਗੀਆਂ। ਕਿਸਾਨ ਜਥੇ ਬੰਦੀਆਂ ਇੱਕ ਹੋ ਜਾਣ ਇੱਕ ਹੋ ਕੇ ਆਪਦੀ ਪੰਜਾਬ ਦੇ ਵਿੱਚ ਸਰਕਾਰ ਬਣਾ ਲੈਣ ਅਸੀਂ ਅਕਾਲੀ ਕਾਂਗਰਸ ਨੇ ਢੂਹੀ ਮਾਰਦੇ ਕੀ ਨੇਗੇ ਤੁਹਾਨੂੰ ਲੁੱਟ ਕੇ ਖਾ ਗਏ ਇਹਨਾਂ ਨੇ ਦਿੱਤਾ ਕੀ ਹੈ ਸਾਨੂੰ। 10 ਤਰੀਕ ਦੀ ਗੱਲ ਹੈ ਸਿੱਧੂ ਮੂਸੇਵਾਲਾ ਮੈਨੂੰ ਕਹਿੰਦਾ ਕਹਿੰਦਾ ਤੂੰ ਭਾਨੇ ਰੋਜ਼ ਧਰਨੇ ਤੇ ਜਾਣਾ ਯਾਰ ਕਹਿੰਦਾ 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 ਮੇਰਾ ਕਹਿੰਦਾ ਬਹੁਤ ਜੀ ਕਰਦਾ ਵੀ ਮੈਂ ਵੀ ਕਹਿੰਦਾ ਤੇਰੇ ਨਾਲ ਚੱਲਿਆ ਕਰਾਂ ਸਿੱਧੂ ਮੂਸੇਵਾਲਾ ਕਹਿੰਦਾ ਸੁਣਨ ਵਾਲੀ ਗੱਲ ਹੈ ਕਹਿੰਦਾ ਵੀ ਅੱਛਾ 15 ਤਰੀਕ ਦੀ ਗੱਲ ਸੀ ਮੈਂ ਕਿਹਾ ਵੀ ਹੁਣ ਜਿਹੜਾ ਵੱਡਾ ਧਰਨਾ ਲੱਗ ਰਿਹਾ ਉਹ ਪਟਿਆਲੇ ਧਰਨਾ ਲੱਗੂ 15 ਤਰੀਕ ਨੂੰ ਮੈਂ ਕਿਹਾ ਤੂੰ ਉਹਦੇ ਵਿੱਚ ਚੱਲ ਕਹਿੰਦਾ ਜਿੱਥੇ ਮਰਜ਼ੀ ਲੈ ਚੱਲ ਮੈਂ ਥੱਲੇ ਜਾ ਕੇ ਬੈਠੂ ਕਹਿੰਦਾ ਮੈਂ ਜੱਟ ਦਾ ਪੁੱਤ ਨਹੀਂ ਹੋਣਾ ਕਹਿੰਦਾ ਜੇ ਇੱਕ ਵਾਰੀ ਮੈਂ ਸਟੇਜ ਤੇ ਵਗਿਆ ਕਹਿੰਦਾ ਮੈਂ ਅਗਰਾਹਾਂ ਗਰੁੱਪ ਦੀ ਮੇਰੇ ਹੱਥ ਝੰਡੀ ਫੜ ਕੇ ਕਹਿੰਦਾ ਮੈਂ ਬਰਾਬਰ ਥੱਲੇ ਬੈਠੂ ਤੁਸੀਂ ਲੋਕ ਤੁਹਾਡੇ ਲੋਕਾਂ ਕੋਲੇ ਹੋਰ ਕੋਈ ਗੱਲ ਨਹੀਂ ਨੈਗੇਟਿਵ ਬਣਾਉਣੀ ਕਿਉਂਕਿ ਕਿਤੇ ਸੋਚ ਹੀ ਨਹੀਂ ਵਧੀਆ ਹੈਗੀ ਯਾਰ ਕੋਈ ਗੁਰੂ ਘਰ ਜਾਵੇ ਕੋਈ ਮੱਥਾ ਟੇਕੇ ਉੱਥੇ ਪਤਾ ਲੱਗੇ ਵੀ ਸੋਚ ਬੰਦੇ ਦੀ ਚੰਗੀ ਹੋਵੇ ਘਰੇ ਬੈਠਿਆਂ ਨੇ ਜਿਹੜਾ ਜਮਾਨ ਚਾਇਆ ਭੌਂਕ ਦੇਣਾ ਜਿਹੜਾ ਜਮਾਨ ਚਾਇਆ ਭੌਂਕ ਦੇਣਾ ਕਿਸੇ ਬੰਦੇ ਦੀ ਸੋਚ ਨੂੰ ਸਮਝੋ ਵੀ ਬੰਦਾ ਕਰਦਾ ਕਰਨਾ ਕੀ ਚਾਹੁੰਦਾ ਤੇ ਸੋਚ ਕੀ ਹੈ ਬਸ ਸੋਚ ਦੇ ਵਿੱਚ ਗੰਦ ਭਰਿਆ ਉਨੀ ਕੁ ਸੋਚ ਨੂੰ ਬਣਾਉਣਾ। ਮੈਨੂੰ ਕਹਿੰਦਾ ਵੀ ਮੈਂ ਤੇਰੇ ਨਾਲ ਧਰਨੇ ਚੱਲੂੰਗਾ ਮੈਂ ਕਿਹਾ ਠੀਕ ਆ ਬਾਈ ਮੈਂ ਕਿਹਾ ਤੂੰ ਧਰਨੇ ਤੇ ਐਂ ਨਹੀਂ ਜਾਣ ਸਕਦਾ ਮੈਂ ਕਿਹਾ ਮੈਂ ਇੱਕ ਸਾਡੇ ਜ਼ਿਲ੍ਹਾ ਪ੍ਰਧਾਨ ਨਾਲ ਗੱਲ ਕਰਨਾ ਜ਼ਿਲ੍ਹਾ ਪ੍ਰਧਾਨ ਨਾਲ ਮੈਂ ਫੋਨ ਤੇ ਗੱਲ ਕਰੀ ਜ਼ਿਲ੍ਹਾ ਪ੍ਰਧਾਨ ਕਹਿੰਦਾ ਵੀ ਤੂੰ ਜੇ ਇੱਕ ਵਾਰੀ ਭਾਨੇ ਵੀ ਪੰਜਾਬ ਦੀ ਕਮੇਟੀ ਨਾਲ ਗੱਲ ਕਰ ਲੈ ਮੈਂ ਕਿਹਾ ਮੈਂ ਪੰਜਾਬ ਦੀ ਕਮੇਟੀ ਨਾਲ ਗੱਲ ਕਰਦਾ ਪੰਜਾਬ ਦੀ ਕਮੇਟੀ ਨਾਲ ਮੈਂ ਗੱਲ ਕਰੀ ਮੈਂ ਅਗਰਾਹਾਂ ਸਾਹਿਬ ਦੇ ਘਰੇ ਵੀ ਗਿਆ ਵੀ ਅੱਜ ਕਰਕੇ ਸਿੱਧੂ ਮੂਸੇਵਾਲਾ ਧਰਨੇ ਵਿੱਚ ਆਉਣਾ ਚਾਹੁੰਦਾ ਉਹ ਕਹਿੰਦਾ ਗੱਲ ਸੁਣ ਪੁੱਤ ਮੈਨੂੰ ਉਹਨਾਂ ਦੇ ਵਿਚਾਰ ਚੰਗੇ ਲੱਗੇ
ਮੈਨੂੰ ਉਹਦੇ ਵਿਚਾਰ ਚੰਗੇ ਲੱਗੇ। ਉਹਦਾ ਪੁੱਤ ਵੀ ਕਈ ਗੱਲਾਂ ਹੁੰਦੀਆਂ ਨੇਗੀਆਂ, ਕਹਿੰਦਾ ਵੀ ਧਰਨੇ ਦੇ ਵਿੱਚ ਤੂੰ ਐਡਾ ਵੱਡਾ ਕਲਾਕਾਰ ਪਹੁੰਚਦਾ, ਕਹਿੰਦਾ ਬਹੁਤ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਵੀ ਤੂੰ ਉਹਨੂੰ ਕਿਹਾ ਵੀ ਧਰਨੇ ਦੇ ਵਿੱਚ ਨਾ ਜਾ। ਮੈਂ ਕਿਹਾ ਠੀਕ ਆ ਜੀ, ਉਹ ਧਰਨੇ ਦੇ ਵਿੱਚ ਨਹੀਂ ਆਉਂਦਾ। ਚਲੋ ਜੋ ਗੱਲਾਂ ਹੋਈਆਂ ਉਹ ਕਹਿੰਦਾ ਵੀ ਸਿੱਧੂ ਮੂਸੇਵਾਲਾ ਸਪਸ਼ਟ ਗੱਲ ਨਿਬੇੜਤੀ ਵੀ ਮੈਂ ਧਰਨੇ ਦੇ ਵਿੱਚ ਵੀ ਕਿੱਥੇ ਵੀ ਮੈਨੂੰ ਬਿਠਾਓਗੇ ਮੈਂ ਬੈਠਣਾ ਚਾਹੁੰਦਾ, ਮੈਂ ਉਹਦਾ ਅਲੱਗ ਕੋਈ ਝੰਡਾ ਨਹੀਂ ਖੜਾ ਕਰਨਾ ਚਾਹੁੰਦਾ। ਮੈਨੂੰ ਦੱਸਿਆ ਵੀ ਇਸ ਟਾਈਮ ਗ੍ਰਾਹਾਂ ਜਥੇਬੰਦੀ ਦੇ ਨਾਲ ਸਭ ਤੋਂ ਵੱਧ ਲੋਕ ਜੁੜੇ ਹੋਏ ਨੇਗੇ ਵੀ ਆਪਾਂ ਉਹਨਾਂ ਨਾਲ ਚੱਲਾਂਗੇ, ਠੀਕ ਹੈ। ਉਹ ਕਹਿੰਦਾ ਮੈਨੂੰ ਜਿੱਥੇ ਮਰਜ਼ੀ ਲੈ ਜਾ, ਤੂੰ ਕਹਿੰਦਾ ਤੈਨੂੰ ਇਹ ਜੂਨੀਅਰਾਂ ਬਾਰੇ ਜ਼ਿਆਦਾ ਪਤਾ। ਮੈਂ ਕਿਹਾ ਠੀਕ ਹੈ, ਚਲੋ ਉਹਨੂੰ ਮੈਂ ਆ ਕੇ ਗੱਲ ਦੱਸਦਾ। ਉਹ ਕਹਿੰਦਾ ਚੱਲ ਕੋਈ ਗੱਲ ਨਹੀਂ, ਆਪਾਂ ਖਿੱਟੀ ਵੱਡੀ ਗੱਲ ਆ, ਕਹਿੰਦਾ ਆਪਾਂ ਨਹੀਂ ਜਾਂਦੇ, ਕਹਿੰਦਾ ਧਰਨੇ ਦੇ ਵਿੱਚ ਨਹੀਂ ਜਾਂਦੇ, ਕਹਿੰਦਾ ਪਰ ਮੈਂ ਜਿੱਥੇ ਵੀ ਤੁਸੀਂ ਮੈਨੂੰ ਥੱਲੇ ਬਿਠਾਓਗੇ ਮੈਂ ਜਾਣਾ ਚਾਹੁੰਦਾ, ਕਿਤੇ ਵੀ ਜਾਣਾ ਚਾਹੁੰਦਾ। ਫਿਰ ਲੋਕ ਪੋਸਟਾਂ ਪਾ ਪਾ, ਵੀਡੀਓ ਪਾ ਪਾ, ਉਹ ਬੰਦੂਕਾਂ ਵਾਲਾ ਉਹ ਕਿਸਾਨਾਂ ਦੇ ਹੱਕ 'ਚ ਨਹੀਂ ਬੋਲਦਾ। ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ, ਉਹ ਬੰਦੇ ਦੀ ਕੁਆਲਿਟੀ ਕੀ ਆ, ਮੈਂ ਉਹਦੇ ਨਾਲ ਕੰਮ ਕਰਦਾ, ਮੈਨੂੰ ਉਹ ਬੰਦੇ ਨੇ ਰੁਜ਼ਗਾਰ ਦਿੱਤਾ, ਮੈਂ ਉਹਨੂੰ ਬੰਦੇ ਨੂੰ ਕਿਵੇਂ ਮਾੜਾ ਕਹਿੰਦਾ। ਮੇਰੇ ਕੋਲ ਸਾਈਕਲ ਦੀ ਟੱਲੀ ਨਹੀਂ ਸੀ ਘਰੇ ਹੁੰਦੀ, 7 ਕਿਲੋਮੀਟਰ 'ਤੇ ਮੇਰਾ ਦੂਰ ਪਿੰਡ ਆ, 7 ਕਿਲੋਮੀਟਰ 'ਤੇ ਦੂਰ ਜਾ ਕੇ ਖੇਤ ਆ, ਜੇ ਮੈਂ ਗਰੀਬ ਘਰ ਦਾ ਮੁੰਡਾ, ਇਸ ਆਮ ਘਰ ਦਾ ਮੁੰਡਾ ਆ ਕੇ ਕਲਾਕਾਰੀ ਦੇ ਵਿੱਚ ਗੱਡੀ ਖਰੀਦ ਲਈ, ਆਪਣਾ ਘਰ ਦਾ ਠੀਕ ਕਰ ਲਏ ਹਾਲਾਤ, ਤਾਂ ਮਾੜੀ ਗੱਲ ਹੈ? ਤਾਂ ਦੱਸੋ ਕੀ ਮਾੜੀ ਗੱਲ ਆ, ਉਹ ਇੱਕ ਵੀ ਗੱਲ ਦੱਸੋ। ਮੈਂ ਕਿਉਂ ਤੋਂ ਪੈਸਾ ਲੈ ਕੇ ਖਾਧਾ? ਕੋਈ ਬੰਦਾ ਮੈਂ ਚੈਲੰਜ ਕਰਦਾ, ਮੇਰੇ ਕੋਈ ਕਰੈਕਟਰ ਦੇ ਸਵਾਲ ਦਾ ਜਵਾਬ ਉਠਾ ਰਹੇ, ਜਿਹੜੇ ਮੇਰੇ ਖਿਲਾਫ ਗਲਤ ਵੀਡੀਓ ਪਾਈ ਜਾਂਦੇ, ਮੈਂ ਕਿਹਾ ਹੋਇਆ ਸੀ ਅੱਜ ਬਾਹਲਾ, ਮੈਂ ਕਿਹਾ ਅੱਜ ਮੈਂ ਲਾਈਵ ਹੋਊਂਗਾ। ਕਿਤੇ ਕਹਿੰਦੇ ਨੇ ਮੂਸੇਵਾਲਾ ਤੁਰ ਗਿਆ ਜੀ, ਕਿਤੇ ਕਹਿੰਦੇ ਨੇ ਇਹ ਤੁਰ ਗਿਆ ਜੀ, ਕਿਤੇ ਤੁਹਾਡੇ ਕੋਲ ਗੰਦ ਫੈਲਾਉਣ ਤੋਂ ਹੋਰ ਤੁਹਾਡੇ ਕੋਲ ਕੋਈ ਕੰਮ ਹੀ ਨਹੀਂ ਹੈਗਾ। ਮੈਂ ਇੱਕ ਗੱਲ ਚੈਲੰਜ ਕਰਦਾ ਵੀ ਕੋਈ ਬੰਦਾ ਮੇਰੇ 'ਤੇ ਕਰੈਕਟਰ ਦੇ ਸਵਾਲ 'ਤੇ ਉੱਠਾ ਦੇ, ਠੀਕ ਆ? ਮੈਂ ਗਾਲਾਂ ਗੂਲਾਂ ਪਹਿਲਾਂ ਕੱਢਦਾ ਹੁੰਦਾ, ਮੈਂ ਮੰਨਦਾ, ਪਰ ਕਿਸੇ ਨਾਲ ਠੱਗੀ ਮਾਰੀ ਹੋਵੇ, ਕਿਸੇ ਨਾਲ ਕੋਈ ਗਲਤ ਕੰਮ ਕੀਤਾ ਹੋਵੇ, ਜਦੋਂ ਮਰਜ਼ੀ ਮੇਰੇ ਕੋਲ ਜਦੋਂ ਮਰਜ਼ੀ ਆ ਜਾਓ, ਖੁੱਲ੍ਹਾ ਚੈਲੰਜ ਆ। ਕਿਸੇ ਨਾਲ ਇੱਕ ਪੈਸੇ ਦੀ ਵੀ ਠੱਗੀ ਮਾਰੀ ਹੋਵੇ, ਚੈਲੰਜ ਆ ਖੁੱਲ੍ਹਾ। ਇੱਥੇ ਵੱਡੇ ਵੱਡੇ ਵਿਦਵਾਨ ਕਹਿੰਦੇ 100 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ, ਆਪ ਜਾਪ ਨੂੰ ਵਿਦਵਾਨ ਦੱਸਣ ਲੱਗ ਕਹਿੰਦੇ ਅਸੀਂ ਬਹੁਤ ਸਿਆਣੇ ਹਾਂ, ਸਾਡੇ ਜਿੰਨਾ ਕੋਈ ਸਿਆਣਾ ਹੈ ਨਹੀਂ ਗਾ, ਅਸੀਂ ਤਾਂ ਦੁੱਧ ਧੋਤੇ ਹਾਂ। ਮੈਂ ਤੁਹਾਨੂੰ ਖੁੱਲ੍ਹਾ ਚੈਲੰਜ ਕਰਦਾ ਜੇ ਕੋਈ ਮੇਰੇ ਕਰੈਕਟਰ ਦੇ ਸਵਾਲ ਦੇ ਜਵਾਬ ਉੱਠਾ ਦੇ। ਅੱਛਾ, ਉਹ ਬੰਦੇ ਨਾਲ ਮੈਂ ਕੰਮ ਕਰਦਾ, ਜੇ ਮੈਂ ਕੰਮ ਕਿਸੇ ਨਾਲ ਵੀ ਕਰਦਾ ਤਾਂ ਮਾੜੀ ਗੱਲ ਹੈ? ਤਾਂ ਦੱਸੋ ਜੇ ਮੈਂ ਉਹਦਾ ਕੰਮ ਕਰਕੇ ਖਾਂਦਾ। ਉਹ ਬੰਦਾ ਕਹਿੰਦਾ ਵੀ ਅੱਛਾ, ਉਹ ਫਿਰ ਜਦੋਂ ਲੋਕਾਂ ਨੇ ਵੀਡੀਓ ਪਾਉਣੀਆਂ, ਪੋਸਟਾਂ ਪਾਉਣੀਆਂ ਸਟਾਰਟ ਕਰਤੀਆਂ, ਵੀ ਮੰਨ ਕੇ ਚੱਲ ਵੀ ਆਏ ਆ ਜੀ, ਬੰਦੂਕਾਂ ਵਾਲਾ ਜੀ ਆਪਦੇ ਆਪ ਨੂੰ ਕਹਿੰਦਾ ਕਹਾਉਂਦਾ ਜੱਟ, ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਉਹ ਬੰਦਾ ਹੁਣ ਵੀ ਆਪਦੀ ਖੇਤੀ ਨਾਲ ਉਹਦੀ ਜ਼ਮੀਨ ਨਾਲ ਜੁੜਿਆ ਹੋਇਆ। ਉਹਨੂੰ ਅੱਜ ਜਿਹੜੀ ਮਰਜ਼ੀ ਬੰਬੇ ਦੇ ਵਿੱਚ ਜਿੱਥੇ ਮਰਜ਼ੀ ਅੱਜ ਵੀ ਉਹਨੂੰ ਵੱਡੀਆਂ ਵੱਡੀਆਂ ਆਫਰਾਂ ਨੇ ਉਹਦੇ ਕੋਲ ਵੇਖ ਆ ਕੇ ਰਿਹਾ, ਪਰ ਕਹਿੰਦਾ ਮੈਨੂੰ ਤਾਂ ਪਿੰਡ ਤੋਂ ਬਿਨਾਂ ਸਕੂਨ ਹੀ ਨਹੀਂ ਮਿਲਦਾ, ਮੈਂ ਪਿੰਡ ਦੇ ਵਿੱਚ ਧਰਤੀ ਦੇ ਵਿੱਚ ਮਿੱਟੀ ਦੇ ਵਿੱਚ ਰਹਿਣਾ। ਚਲੋ ਯਾਰ ਛੱਡੋ, ਉਹ ਮਾੜਾ ਚੰਗਾ ਮੈਨੂੰ ਉਹ ਗੱਲ ਦਾ ਪਤਾ, ਉਹ ਤੁਹਾਡੀ ਲੋਕਾਂ ਦੀ ਸੋਚ ਆ, ਪਰ ਤੁਸੀਂ ਹੁਣ ਮਿੱਟੀ ਮੇਰੀ ਗੱਲ ਕਰੋ। ਫਿਰ ਜਦੋਂ ਲੋਕਾਂ ਨੇ ਪੋਸਟ ਆਪਣੇ ਸਟਾਰਟ ਕਰਦੇ, ਹੁਣ ਕਹਿੰਦਾ ਭਾਨਿਆ ਪਹਿਲਾਂ ਹੱਲ ਕੀ ਕਰੀਏ? ਮੈਂ ਕਿਹਾ ਆਪਾਂ ਇੱਕੋ ਹੀ ਹੱਲ ਹੈ, ਕਹਿੰਦਾ ਵੀ ਹੁਣ ਜੱਥੇ ਬੰਦਿਆਂ, ਕਹਿੰਦਾ ਤਾਂ ਇਹ ਗੱਲ ਕਹੀ ਜਾਂਦੀ ਵੀ ਸਾਡੇ ਧਰਨੇ 'ਚ ਨਾ। ਹੁਣ ਕਹਿੰਦਾ ਵੀ ਆਪਾਂ ਐਂ ਕਰਾਂ, ਕਹਿੰਦਾ ਆਪਾਂ ਮਾਨਸਾ ਧਰਨਾ ਕੱਢਵਾ ਲਵਾਂਗੇ। ਮੈਂ ਠੀਕ ਆ, ਲਾਵਾਂਗੇ ਬਾਈ, ਮੈਂ ਕੋਈ ਚੱਕਰ ਨਹੀਂ। ਅਸੀਂ ਮਾਨਸਾ ਧਰਨਾ ਲਾਤਾ, ਅਸੀਂ ਰੋਸ ਪ੍ਰਦਰਸ਼ਨ ਤਾਂ ਕਰਨਾ ਸੀ, ਹੁਣ ਆ ਜਿਹੜੇ ਲੋਕ ਬਾੜ ਪਾੜ ਮੂੰਹ ਚਿੱਚੋ ਜਨ ਗੱਲਾਂ ਕਰਨ ਲੱਗ ਨੇ, ਹੁਣ ਇਹਨਾਂ ਦਾ ਮੂੰਹ ਬੰਦ ਕਰਨਾ ਹੀ ਸੀਗਾ। ਤੁਸੀਂ ਮੇਰਾ ਤਾਂ ਕੰਮ ਦੇਖਿਆ ਨਾ, ਜਿੱਥੇ ਵੀ ਭਾਣਾ ਸਿੱਧੂ ਖੜਾ ਉੱਥੇ ਕਿਤੇ ਤਖ਼ਤ 'ਤੇ ਪਲਟ ਕੇ ਖੜਾ, ਮੈਂ ਕੋਈ ਪਿੱਠ ਨਹੀਂ ਦਿਖਾਈ ਕਿਸੇ ਵੀ ਕੰਮ ਦੇ ਵਿੱਚ ਸਾਡੇ। ਅੱਛਾ, ਅਸੀਂ ਉੱਥੇ ਮਾਨਸਾ ਧਰਨਾ ਲਾਤਾ, ਮਾਨਸਾ ਲੋਕਾਂ ਦਾ ਚਲੋ ਬਹੁਤ ਵੱਡਾ ਨੌਜਵਾਨਾਂ ਦਾ ਇਕੱਠ ਹੋਇਆ, ਵੀ ਉਹ ਕਹਿੰਦਾ ਵੀ ਆਪਾਂ ਨੂੰ ਨੌਜਵਾਨ ਸੁਣਦੇ ਨੇ, ਨੌਜਵਾਨਾਂ ਕਰਕੇ ਇਕੱਠ ਹੋਇਆ। ਫਿਰ ਅਸੀਂ ਦੂਜਾ ਮੁਹਾਲੀ ਦੇ ਵਿੱਚ ਹੜ ਲਿਆਤਾ, ਦੂਜਾ ਅਸੀਂ ਮੁਹਾਲੀ ਦੇ ਵਿੱਚ ਲਾ ਕੇ ਦੇਖਿਆ ਨਾ ਕਿੱਡਾ ਵੱਡਾ ਕੱਟ ਸੀਗਾ, ਰੋਸ ਪ੍ਰਦਰਸ਼ਨ ਕਰਿਆ। ਅਸੀਂ ਆਖਿਆ ਸਿੱਧੂ ਕਹਿੰਦਾ ਵੀ ਆਪਾਂ ਕਿਤੇ ਵੀ ਆਪਾਂ ਪਾਰਟੀ ਕਹਿੰਦਾ ਕੋਈ ਚੌਧਰ ਵਾਲੀ ਨਹੀਂ, ਵੀ ਪੰਜਾਬ ਦੇ ਵਿੱਚ ਲਹਿਰ ਪੈਦਾ ਕਰ, ਨੌਜਵਾਨਾਂ ਨੂੰ ਵੱਧ ਤੋਂ ਵੱਧ ਨਾਲ ਖੜਾ ਕਰ। ਅਤੇ ਠੀਕ ਹੈ, ਨੌਜਵਾਨਾਂ ਤੁਸੀਂ ਨੌਜਵਾਨ ਦੋਨੇ ਤਿੰਨੇ ਥਾਵਾਂ 'ਤੇ ਹੁਣ ਵੀ ਨੌਜਵਾਨ ਬਹੁਤ ਜ਼ਿਆਦਾ ਪਿਆਰ ਕਰਦੇ ਨੇ, ਅਸੀਂ ਉਹ ਲਹਿਰ ਖੜੀ ਕਰੀ, ਠੀਕ ਹੈ। ਇਸ ਤੋਂ ਬਾਅਦ ਗੱਲ ਕੀ ਹੋਈ, ਜਿੰਨੇ ਵੀ ਮੈਂ ਧਰਨੇ ਮੁਜ਼ਾਹਰਿਆਂ ਦੇ ਵਿੱਚ ਜਾਣਾ ਰਿਹਾ, 100-150 ਮੁੰਡਾ ਜਾ ਕੇ ਸਟੇਜ ਕੋਲ ਹਰ ਇੱਕ ਬੰਦਾ ਗੱਲ ਇਹ ਕਰਨ ਲੱਗ ਗਿਆ ਕਰੇ ਵੀ ਭਾਣੇ ਸਿੱਧੂ ਨੂੰ ਬੋਲਣ ਦਿਓ, ਭਾਣਾ ਸਿੱਧੂ ਬੋਲੂਗਾ। ਮੈਂ ਇੱਕ ਵਾਰੀ ਵੀ ਕਿਸੇ ਬੰਦੇ ਨੂੰ ਕਿਹਾ ਹੋਵੇ ਮੈਂ ਸਟੇਜ 'ਤੇ ਜਾ ਕੇ ਬੋਲਣਾ, ਮੈਂ ਥੱਲੇ ਧਰਨੇ ਦੇ ਵਿੱਚ ਬਹਿੰਦਾ ਰਿਹਾ, ਜਦੋਂ ਧਰਨਾ ਖਤਮ ਹੁੰਦਾ ਰਿਹਾ ਮੈਂ ਉਦੋਂ ਧਰਨੇ ਦੇ ਵਿੱਚੋਂ ਆਉਂਦਾ ਰਿਹਾ। ਮੈਂ ਹੁਣ ਵੀ ਇੱਕ ਗੱਲ ਕਹਿਣਾ, ਜਿੱਥੇ ਵੀ ਕਿਤੇ ਗੱਲ ਆ ਮੇਰੀ ਕੋਈ ਪਾਰਟੀ ਨਹੀਂ, ਕਿਤੇ ਵੀ ਕੋਈ ਬੁਲਾਊਗਾ ਅਸੀਂ ਉੱਥੇ ਜਾਵਾਂਗੇ। ਅਸੀਂ ਪਹਿਲਾਂ ਕਿਸਾਨ ਹੈ, ਅਸੀਂ ਲੜਾਂਗੇ, ਅਸੀਂ ਮੂਹਰੇ ਹੋ ਕੇ ਲੜਾਂਗੇ, ਕਿਤੇ ਵੀ ਕੋਈ ਸਾਨੂੰ ਕਹਿੰਦਾ ਵੀ ਅਸੀਂ ਇਹੜਾ ਹੋਵੇ ਮੂਹਰੋਂ ਗਏ ਬੰਦੇ ਦੀ ਬੇਇੱਜ਼ਤੀ ਕਰ ਦੇਣ। ਜਦੋਂ ਨੌਜਵਾਨ ਸੁਣਨਾ ਚਾਹੁੰਦੇ ਨੇ, ਮੈਨੂੰ ਹਜ਼ਾਰਾਂ ਨੌਜਵਾਨ ਸੁਣਨਾ ਚਾਹੁੰਦਾ, ਤਾਂ ਫਿਰ ਕਿਉਂ ਨਹੀਂ ਬੋਲਣ ਦਾ? ਚਲੋ ਨੌਜਵਾਨ ਜਾਂਦਾ ਹੈ, ਘੱਟੋ ਘੱਟ ਤੁਸੀਂ ਦੇਖਿਆ ਸੀ ਸਾਡੇ ਪਿੰਡ ਤੋਂ ਗੱਡੀਆਂ ਹੜ੍ਹ ਕਿਵੇਂ ਜਾਂਦੀਆਂ, ਦੇਖਿਆ ਸੀ ਨਾ ਧਰਨੇ ਨੂੰ ਗਿਆ ਨਾ, ਤੁਸੀਂ ਦੇਖਿਆ ਸੀ ਨਾ ਵੀ ਕਿਵੇਂ ਨੌਜਵਾਨ ਪਿੱਛੇ ਜਾਂਦੇ ਸੀ। ਨੌਜਵਾਨ ਪਿਆਰ ਕਰਦੇ ਨੇ, ਨੌਜਵਾਨਾਂ ਨੂੰ ਪਤਾ ਹੈ ਵੀ ਭਾਣਾ ਸਿੱਧੂ ਬਕਾਊ ਬੰਦਾ ਨਹੀਂ ਹੈਗਾ, ਵੀ ਭਾਣਾ ਸਿੱਧੂ ਜਿੱਥੇ ਅੜ ਗਿਆ ਉੱਥੇ ਤਾਰਾਂ ਹੀ ਹਲਦੀਆਂ ਨੇਗੀਆਂ। ਆਹ ਟੋਲ ਟੈਕਸ, ਆਹ ਤਹਿਸੀਲਦਾਰਾਂ ਵਾਲੀਆਂ ਵੀਡੀਓ ਪੁਰਾਣੇ ਥੱਲੇ ਚੱਕ ਕੇ ਦੇਖ ਲਓ, ਟੱਕ 'ਤੇ ਪਲਟ ਹੋ ਰਹੇ। ਮੈਂ ਲੀਡਰਾਂ ਲੂਡਰਾਂ ਕਿਤੋਂ ਡਰਦਾ ਨਹੀਂ, ਮੈਂ ਧੌਣ 'ਤੇ ਗੋਡਾ ਹੀ ਧਰਦਾ ਹੁਣ।